ਜੈ ਸ਼੍ਰੀ ਰਾਮ। ਭਾਰਤ ਮਾਤਾ ਦੀ ਜੈ। ਭਰਾਵੋ, ਤੁਹਾਨੂੰ ਪਤਾ ਹੀ ਆ, ਇਲੈਕਸ਼ਨ ਦਾ ਟਾਈਮ ਚੱਲਦਾ ਪਿਆ। ਸਾਡੇ ਅੱਜ ਲੁਧਿਆਣਾ ਸ਼ਹਿਰ ਵਿੱਚ ਮਾਨਯੋਗ ਸ਼੍ਰੀ ਅਮਿਤ ਸ਼ਾਹ ਜੀ, ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ, ਉਹ ਸਾਡੇ ਲੁਧਿਆਣੇ ਵਿੱਚ ਕਰੀਬ 5:30-6 ਵਜੇ ਉਹਨਾਂ ਨੇ ਪਹੁੰਚਣਾ ਸੀ। ਪਰ ਮੈਂ, ਤੁਹਾਨੂੰ ਪਤਾ ਹੀ ਆ ਕਿ ਮੈਂ ਅਯੁੱਧਿਆ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਦਰਸ਼ਨ ਕਰਨ ਗਿਆ ਸੀ। ਉੱਥੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜਾਂ ਕੋਈ ਪ੍ਰਚਾਰ ਕਰਨ ਗਿਆ ਸੀ, ਵਿਸ਼ਵਨਾਥ ਕਾਸ਼ੀ, ਅਤੇ ਅੱਜ ਹੀ ਆਇਆ, ਲੇਟ ਹੋ ਗਿਆ। ਇਸ ਕਰਕੇ ਭਰਾਵੋ, ਆਪਾਂ ਜਾ ਨਹੀਂ ਸਕੇ, ਮਾਫ਼ੀ ਚਾਹੁੰਦੇ ਹਾਂ। ਲੇਕਿਨ ਗੱਲ ਇਹ ਆ, ਅੱਜ ਕੇਂਦਰੀ ਮੰਤਰੀ ਅਮਿਤ ਸ਼ਾਹ ਜੀ ਨੇ ਬਹੁਤ ਵੱਡਾ ਇੱਕ ਬਿਆਨ ਦਿੱਤਾ ਵਾ ਵੀ ਸਰ ਰਮਨੀਤ ਸਿੰਘ ਬਿੱਟੂ ਜੀ 5 ਸਾਲ ਤੋਂ ਮੇਰਾ ਦੋਸਤ ਆ, ਮੈਂ ਧੰਨਵਾਦ ਕਰਦਾ ਵਾਂ। ਉਸ ਤੋਂ ਬਾਅਦ ਇੱਕ ਹੋਰ ਵੱਡਾ ਬਿਆਨ ਦਿੱਤਾ ਜਿਹੜਾ ਮੈਂ ਅਮਿਤ ਸ਼ਾਹ ਜੀ ਦਾ ਦਿਲ ਦੇ ਗਹਿਰਾਈਆਂ ਨੂੰ ਧੰਨਵਾਦ ਕਰਨਾ ਚਾਹੁੰਦਾ ਵਾਂ ਵੀ ਜਿਹੜੇ ਬੰਦੀ ਅੱਤਵਾਦੀ ਨੇ ਉਹ ਰਿਹਾ ਨਹੀਂ ਹੋਣਗੇ। ਕਿੱਡੀ ਖੁਸ਼ੀ ਦੀ ਗੱਲ ਆ, ਦੇਸ਼ ਨੂੰ ਜਿਹੜੇ ਤੋੜਨ ਵਾਲੇ ਆ ਉਹ ਕਦੇ ਵੀ ਰਿਹਾ ਨਹੀਂ ਹੋਣੇ ਚਾਹੀਦੇ ਨੇ, ਕਿਉਂਕਿ ਅਸੀਂ ਸੁੱਖ ਮੰਗਦੇ ਹਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ, ਸ਼੍ਰੀ ਅਮਿਤ ਸ਼ਾਹ ਜੀ ਦੀ, ਕੇਂਦਰੀ ਗ੍ਰਹਿ ਮੰਤਰੀ ਜੀ ਦੀ, ਦੁਆਰਾ ਤੋਂ ਇਹ ਕੇਂਦਰੀ ਗ੍ਰਹਿ ਮੰਤਰੀ ਬਣ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ 3ਵੀ ਵਾਰ ਬਣ, 400 ਪਾਰ ਹੋਵੇ, ਸਾਨੂੰ ਵੀ ਖੁਸ਼ੀ ਆ, ਕਿਉਂਕਿ ਸਨਾਤਨ ਲਈ ਹਰ ਕੰਮ ਕੀਤੇ ਆ, ਸਾਡੇ ਸਿੱਖਾਂ ਦੇ ਕੰਮ ਕੀਤੇ ਆ। ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਸ਼੍ਰੀ ਕੋਰੀਡੋਰ ਖੋਲਿਆ, ਕਿੰਨੀਆਂ ਸਾਡੀਆਂ ਲੋਕਾਂ ਦੀਆਂ ਆਸਾਂ ਸੀ। ਇਸ ਕਰਕੇ ਭਰਾਵੋ, ਬੜਾ ਲੰਮੀ ਜਿਹੜੀ ਉਹ ਵੀਡੀਓ, ਮੈਂ ਦੁਬਾਰਾ ਤੋਂ ਫਿਰ ਲੁਧਿਆਣਾ 'ਤੇ ਆਉਣ 'ਤੇ ਸ਼੍ਰੀ ਅਮਿਤ ਸ਼ਾਹ ਜੀ, ਕੇਂਦਰੀ ਮੰਤਰੀ ਜੀ ਦਾ ਧੰਨਵਾਦ ਕਰਦਾ ਵਾਂ।